भाग्यशाली समझते हैं हम कि रिटायर्ड जस्टिस जोरा सिंह जो 35 साल जुडिशरी का जिनके पास तजर्बा है, बेदाग इनकी सर्विस रही है, वो आज पार्टी को ज्वाइन कर रहे हैं। जस्टिस जोरा सिंह एक रिटायर्ड जज जिन्होंने आम आदमी पार्टी ने अपने इंडक्ट किया पार्टी में, उन्होंने मुतलक मैं हैरान हाँ कि अरविंद केजरीवाल उन्होंने या आम आदमी पार्टी के आगू कोई इलम नहीं गा। ਰਿਟਾਇਰਡ ਜੱਜ ਜਸਟਿਸ ਜੋਰਾ ਸਿੰਘ ਦੀ ਆਮ ਆਦਮੀ ਪਾਰਟੀ ਵਿੱਚ ਐਂਟਰੀ ਤੋਂ ਬਾਅਦ ਹੁਣ ਇਸ ਮਾਮਲੇ 'ਤੇ ਸਿਆਸਤ ਗਰਮਾ ਗਈ ਹੈ, ਜਿੱਥੇ ਇੱਕ ਪਾਸੇ ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਨੂੰ ਇਸ ਕਰਕੇ ਜਨਤਕ ਨਹੀਂ ਕੀਤਾ ਗਿਆ ਕਿਉਂਕਿ ਉਸ ਦੇ ਨਾਲ ਬਾਦਲ ਪਰਿਵਾਰ ਨੂੰ ਜੇਲ੍ਹ ਜਾਣਾ ਪੈਣਾ ਸੀ ਅਤੇ ਲੋਕਾਂ ਦੇ ਵਿੱਚ ਅਕਾਲੀ ਦਲ ਬਾਰੇ ਸਾਰਾ ਸੱਚ ਸਾਹਮਣੇ ਆ ਜਾਣਾ ਸੀ। ਉੱਥੇ ਹੀ ਹੁਣ ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਜੋਰਾ ਸਿੰਘ ਦੀਆਂ ਕਮੀਆਂ ਲੈ ਕੇ ਸਾਹਮਣੇ ਆਏ ਨੇ, ਸੋ ਵਾਰੀ ਵਾਰੀ ਤੁਹਾਨੂੰ ਵੀ ਸੁਣਾਉਂਦੇ ਹਾਂ ਜਸਟਿਸ ਜੋਰਾ ਸਿੰਘ ਬਾਰੇ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਦੇ ਵਿਚਾਰ। ਭਾਗਸ਼ਾਲੀ ਸਮਝਦੇ ਹਾਂ ਕਿ ਰਿਟਾਇਰਡ ਜਸਟਿਸ ਜੋਰਾ ਸਿੰਘ ਜੋ 35 ਸਾਲ ਜੁਡੀਸ਼ਰੀ ਕਾ ਜਿਨਕੇ ਪਾਸ ਤਜਰਬਾ ਹੈ, ਬੇਦਾਗ ਇਨਕੀ ਸਰਵਿਸ ਰਹੀ ਹੈ, ਵੋ ਅੱਜ ਪਾਰਟੀ ਕੋ ਜੁਆਇਨ ਕਰ ਰਹੇ ਹੈਂ, ਹਮਾਰੇ ਕਾਫਲੇ ਮੇਂ ਸ਼ਾਮਿਲ ਹੋ ਰਹੇ ਹੈਂ, ਹਮਾਰੇ ਆਮ ਆਦਮੀ ਪਾਰਟੀ ਕੇ ਪਰਿਵਾਰ ਮੇਂ ਸ਼ਾਮਿਲ ਹੋ ਰਹੇ ਹੈਂ। ਜਸਟਿਸ ਜੋਰਾ ਸਿੰਘ ਇੱਕ ਰਿਟਾਇਰਡ ਜੱਜ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਇੰਡਕਟ ਕੀਤਾ ਪਾਰਟੀ ਵਿੱਚ, ਉਹਨਾਂ ਮੁਤਲਕ ਮੈਂ ਹੈਰਾਨ ਹਾਂ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕੋਈ ਇਲਮ ਨਹੀਂ ਗਾ। ਜਸਟਿਸ ਜੋਰਾ ਸਿੰਘ ਨੇ ਵੈਸੇ ਤੋਂ ਬਹੁਤ ਹੀ ਇਤਿਹਾਸਿਕ ਫੈਸਲੇ, 35 ਸਾਲ ਮੇਂ ਜਹਾਂ ਜਹਾਂ ਵੀ ਪੋਸਟਿੰਗ ਹੋਈ ਇਮਾਨਦਾਰੀ ਸੇ ਉਹਨਾਂ ਨੇ ਜਸਟਿਸ ਕੀਆ। ਇਹ ਕੌਣ ਹੈ ਜਸਟਿਸ ਜੋਰਾ ਸਿੰਘ? ਜਸਟਿਸ ਜੋਰਾ ਸਿੰਘ ਇੱਕ ਹਾਈਲੀ ਡਿਸਕ੍ਰੈਡਿਟਡ ਆਦਮੀ ਹੈ ਜਿਸ ਨੇ ਆਪਣੀ ਕੌਮ ਦੇ ਨਾਲ, ਆਪਣੇ ਪੰਜਾਬ ਦੇ ਨਾਲ ਧੋਖਾ ਕੀਤਾ। ਇਹਨਾਂ ਨੇ ਬਹੁਤ ਹੀ ਮਾਈਕਰੋ ਲੈਵਲ 'ਤੇ ਜਾ ਕੇ, ਬਹੁਤ ਹੀ ਗਰਾਊਂਡ ਲੈਵਲ 'ਤੇ, ਜ਼ੀਰੋ ਗਰਾਊਂਡ 'ਤੇ ਜਾ ਕੇ ਇਹਨਾਂ ਨੇ ਇੱਕ ਇੱਕ ਪੁਆਇੰਟ ਕੋ ਨਿਕਾਲ ਕੇ ਬਹੁਤ ਲਗਭਗ ਸਵਾ ਸਾਲ, ਡੇਢ ਸਾਲ ਮੇਂ ਇੱਕ ਰਿਪੋਰਟ ਤਿਆਰ ਕੀ। ਸਰਕਾਰਾਂ ਕਮਿਸ਼ਨ ਰਿਟਾਇਰਡ ਜੱਜਸ ਦਾ ਕਿਉਂ ਬਣਾਉਂਦੇ ਨੇ? ਤਾਂ ਕਿ ਜੋ ਉਹ ਫੈਸਲਾ ਸੁਣਾਉਣਾ ਚਾਹੁਣ ਉਹਦੇ 'ਤੇ ਉਹ ਰਿਟਾਇਰਡ ਜੱਜ ਮੋਹਰ ਲਾ ਦੇਵੇ। ਔਰ ਜਸਟਿਸ ਜੋਰਾ ਸਿੰਘ ਨੇ ਥੋੜ੍ਹੇ ਜਿਹੇ ਪੈਸਿਆਂ ਵਾਸਤੇ, ਥੋੜ੍ਹੀ ਜਿਹੀ ਤਨਖਾਹ ਵਾਸਤੇ ਗੱਡੀਆਂ ਮੋਟਰਾਂ ਸਿਕਿਉਰਿਟੀ ਮੰਗੀ ਲੈ ਲਈ ਰਿਪੋਰਟ ਕਮਿਸ਼ਨ ਦਾ ਹੈੱਡ ਬਣਨ ਲਈ, ਔਰ ਕਮਿਸ਼ਨ ਦਾ ਹੈੱਡ ਬਣ ਕੇ ਉਹਨੇ ਜਿਹੜੀ ਰਿਪੋਰਟ ਤਿਆਰ ਕੀਤੀ, ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਰਿਪੋਰਟ ਕਿੱਥੇ ਹੋ। ਕਿ ਉਸ ਰਿਪੋਰਟ ਕੋ ਸਰਕਾਰ ਨੇ, ਕਿਉਂਕਿ ਉਨਕੀ ਸਰਕਾਰ ਥੀ ਅਕਾਲੀ ਦਲ ਕੀ, ਗੰਭੀਰਤਾ ਸੇ ਨਹੀਂ ਲਿਆ। ਜਿੱਦਣ ਉਹ ਰਿਪੋਰਟ ਦੇਣ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਹਿਬਲ ਕਲਾਂ ਗੋਲੀ ਕਾਂਡ ਦੀ, ਤੁਸੀਂ ਸਾਰੇ ਜਾਣਦੇ ਹੋ ਕਿ ਸੈਕਟਰੀਏਟ ਵਿੱਚ ਚੀਫ ਸੈਕਟਰੀ ਦੇ ਦਫ਼ਤਰ ਦੇ ਬਾਹਰ ਘੰਟਿਆਂ ਬੱਧੀ ਖੜਾ ਰਿਹਾ। ਪਹਿਲਾਂ ਇੱਕ ਚਪੜਾਸੀ ਨੇ ਕਿਹਾ ਕਿ ਜੀ ਮੈਨੂੰ ਰਿਪੋਰਟ ਦੇ ਦਿਓ। ਇਨਕੋ ਵੀ ਜਲੀਲ ਕਰਨੇ ਕੀ ਕੋਸ਼ਿਸ਼ ਕੀ ਗਈ ਕਿ ਇੱਕ ਪੀਐਨ ਕੋ ਇਨਸੇ ਰਿਪੋਰਟ ਲੈਣੇ ਕੇ ਲਈ ਭੇਜ ਦਿਆ ਗਿਆ। ਨਾ ਬਾਦਲਾਂ ਨੇ ਐਕਸ਼ਨ ਲਿਆ, ਨਾ ਕੈਪਟਨ ਅਮਰਿੰਦਰ ਸਿੰਘ ਨੇ ਉਸਨੂੰ ਵਰਥਵਾਈਲ ਸਮਝਿਆ ਕਿ ਮੈਂ ਇਹਦੀ ਕੋਗਨੀਜੈਂਸ ਲਵਾਂ, ਕਿਉਂਕਿ ਉਸ ਰਿਪੋਰਟ ਵਿੱਚ ਕੁਛ ਨਹੀਂ ਸੀਗਾ। ਉਲਟਾ ਦੋਸ਼ੀ ਪੁਲਿਸ ਵਾਲਿਆਂ ਨੂੰ, ਜਿਨ੍ਹਾਂ ਨੇ ਬਹਿਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰਿਆ ਸੀ ਗੋਲੀ ਮਾਰ ਕੇ, ਇਸ ਜੋਰਾ ਸਿੰਘ ਨੇ ਉਹਨਾਂ ਨੂੰ ਬਚਾਇਆ। ਇੱਕ ਜਸਟਿਸ ਜੋ ਹੈ, ਜਿਨ੍ਹਾਂ ਨੇ ਡੇਢ ਸਾਲ ਆਪਣੇ ਖੂਨ ਪਸੀਨਾ ਇੱਕ ਕਰ ਦਿਆ ਉਸ ਰਿਪੋਰਟ ਕੋ ਤਿਆਰ ਕਰਨੇ ਕੇ ਲਈ ਇਮਾਨਦਾਰੀ ਸੇ। ਇਸ ਜੋਰਾ ਸਿੰਘ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਕਿਹਨਾਂ ਲੋਕਾਂ ਨੇ ਪੋਸਟਰ ਲਵਾਏ ਸੀ, ਕਿਹੜੇ ਡੇਰੇ ਵਾਲਿਆਂ ਨੇ ਵਾਰਨਿੰਗ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਲੀਆਂ ਵਿੱਚ ਉਹਨਾਂ ਦਾ ਅਪਮਾਨ ਕੀਤਾ। ਤੁਹਾਡਾ ਕੀ ਖਿਆਲ ਹੈ ਕਿ ਜਸਟਿਸ ਜੋਰਾ ਸਿੰਘ ਨੂੰ ਪਤਾ ਨਹੀਂ ਸੀਗਾ? ਅਗਰ ਇਨਕੇ ਵਾਲੀ ਰਿਪੋਰਟ ਲਾਗੂ ਹੋ ਜਾਤੀ, ਇੰਪਲੀਮੈਂਟ ਹੋ ਜਾਤੀ, ਤਾਂ ਅੱਜ ਬਾਦਲ, ਸੁਖਬੀਰ ਬਾਦਲ, ਸੁਮੇਸ਼ ਸੈਣੀ ਔਰ ਦੂਸਰੇ ਜੋ ਅਫਸਰ ਜੋ ਫਾਇਰਿੰਗ ਕੇ ਲਈ ਜ਼ਿੰਮੇਦਾਰ, ਜਾਂ ਜੈਸੇ ਜਲਿਆਂ ਵਾਲਾ ਬਾਗ ਨੇ ਆਰਡਰ ਜਿਸਨੇ ਦਿਆ, ਗੋਲੀਆਂ ਜਿਸਨੇ ਚਲਾਈ, ਉਹ ਸਭ ਅੱਜ ਅੰਦਰ ਹੋਤੇ। ਅਗਰ ਜਸਟਿਸ ਰਣਜੀਤ ਸਿੰਘ ਇੱਕ ਵੋਲੂਮਿਨਸ ਰਿਪੋਰਟ ਬਣਾ ਸਕਦੇ ਨੇ 573 ਸਫ਼ੇ ਦੀ, ਸਾਰੇ ਤੱਥ ਲੈ ਕੇ ਆ ਸਕਦੇ ਸਾਹਮਣੇ ਔਰ ਸਾਰੀਆਂ ਗੱਲਾਂ ਉਜਾਗਰ ਕਰ ਸਕਦੇ ਨੇ ਅਤੇ ਪੁਲਿਸ ਵਾਲਿਆਂ ਨੂੰ ਦੋਸ਼ੀ ਠਹਿਰਾ ਸਕਦੇ ਨੇ, ਕੀ ਜਸਟਿਸ ਜੋਰਾ ਸਿੰਘ ਨੇ ਕੋਈ ਕੋਸ਼ਿਸ਼ ਕੀਤੀ?
जस्टिस रणजीत सिंह की जो रिपोर्ट है उसमें भी बहुत से पॉइंट जो हैं वो इन्हीं के खोजे हुए पॉइंट हैं। इसलिए मैं कहा कि ही इज अ हाईली डिसक्रेडिटेड आदमी और वो आदमी जिसने कौम नाल गद्दारी की, ही इज बेसिकली अ ट्रेटर। और अरविंद केजरीवाल ने एक ट्रेटर नू, एक जड़ा आदमी बिट्रे करता, जड़ा विश्वासघात करता, थोड़ी तनखा पत्ते सिक्योरिटी गड्डियां मोटर लैन वास्ते, ये उही जस्टिस जोरा सिंह है जिदा का जस्टिस नारंग सी जिन्हें राणे गुरजीत नू बचाने की कोशिश की थी। माफ करना चंगा नहीं लगता, जस्टिस जिंदल जिसने मलूके नू बचाया सी, एको कैटेगरी के लोग ने। और रिटायर्ड जजेस मोस्टली प्लायबल जजेस होंगे ने, गवर्नमेंटा कमिशन बनाया ने चीज़ों नू ठंडे बस्ते विच पाउण वास्ते। बादल ने यह देखा कि मैं किस नू लब के ते गुरु ग्रंथ साहब की बेअदबी का मामला ठंडे बस्ते विच पा दिया, यह लभ्या उन्होंने जस्टिस जोरा सिंह। इनके आने से हमारी पार्टी को यहाँ एक तरफ तजर्बे का फायदा मिलेगा इनके 35 साल की सर्विस का, और मैं चंगा तो नहीं लगता इहदा जिहड़ा ट्रैक रिकॉर्ड भी है जस्टिस जोरा सिंह दा, इट इज नॉट विदाउट यू नो एलिगेशंस। और इस जस्टिस जोरा सिंह नू लेके ते आम आदमी पार्टी कोठियां ते चढ़ के शॉट रौला पा रही है। मैं इस नू आम आदमी पार्टी का दिवालियापन करार दिना वा। वो कहिंदे ने ना कि 0+0=0, ये जस्टिस जोरा सिंह दी जिहड़ी जॉइनिंग है आम आदमी पार्टी का। और सब तो वड्डा अरविंद केजरीवाल नू दसना चाहिए वा कि इस तरह के एंटी सिख ऑफिसर नू, एंटी पंजाब ऑफिसर नू जिसने इंसाफ पसंदी के राह अड़िका पाया, बोगस रिपोर्ट दिती जिहदी रिपोर्ट नू कदी किसी ने कंसिडर भी नहीं किया, इस तरह के आदमी नू आम आदमी पार्टी में लैके सिर्फ क्योंकि लोग सभा के कैंडीडेट नहीं लभ रहे, शायद इनू फतेहगढ़ साहब की जी रिजर्व सीट है वह तो उम्मीदवार बनाएंगे। हुण तुसीं अंदाजा ला लो कि आम आदमी पार्टी दे की इन्हां दी सोच से की विचारधारा। और भगवंत मान नूं इह वी क्लैरिफाई करना चाहिए, जस्ट अरविंद केजरीवाल रोज़ कहिंदे ने कि SYL दा जिहड़ा फैसला वो जो सुप्रीम कोर्ट फैसला देवेगी सानूं प्रवान होवेगा, कि पंजाब दे आम आदमी पार्टियां दे आगूआं नूं SYL दा फैसला जो सुप्रीम कोर्ट देवेगी जिहड़ा एंटी पंजाब आवेगा जिहड़ा पक्का यकीन है कि तुहानूं प्रवान है मान साहब और जिहड़े तुसीं तुहाडे नाल लोग ने, कि केजरीवाल साहब दे उस बयान दी तुसी समर्थन करदे हो। इस तो इलावा सुखपाल खेरा वालों अपने धड़े दे विधायक जय किशन सिंह रोड़ी बारे भी विचार दिते गए। साढ़े एक कुलीग ने कल वापसी की है, उहदा बड़ा शोर मचा रहे ने कि बहुत बल मिल गया, बहुत शक्ति मिल गई। जय किशन सिंह रोड़ी साडा कुलीग है MLA, वह आए भी अपनी मर्जी दे नाल, ते 4 कु महीनियां बाद गए भी अपनी मर्जी दे नाल। और उन्होंने जिहड़ी पहली प्रेस कॉन्फ्रेंस सी वो उन्होंने ये असी किसी ने उन्होंने कुछ कहा नहीं, बहुत ज़्यादा सख्त शब्दों से कहा कि जिहड़ा दिल्ली का लीडर है मनीष सिसोदिया इहदी धौण विच किला वा, सरिया इहदी धौण विच, इहदी धौण चों सरिया कढ़ना मैं हुण, पता नहीं जदों उहदे नाल जाके खड़े होए होणे आ वो शब्द उन्होंने याद आए कि नहीं आए, शायद सरिया कढ़ दिता होवे, ते मनीष नूं भी दसना चाहीदा कि की उहदी धौण च सरिया सीगा ते की उह निकल गया वा। सो इसलिए मैं इहदे ते ज़्यादा टिप्पणी नहीं करना चाहुंदा क्योंकि अज नफरी की गल नहीं गई, अज पंजाब दे विच एक जदोजहद चल रही है कि एक दमसुला बन चुका वा, वो दिल्लियों हदायत लेंदा वा, और आम आदमी पार्टी दिल्लियों चलती है, बिक्रम मजिठिए दे नाल सुलह करती है, माफ़ी मंगती है, तो फिर पंजाब दे हितां दी राखी कौन करूगा, पंजाब दे पाणियां दी, पंजाब दी भाषा दी, पंजाब दे इलाकियां दी, पंजाब दे चंडीगढ़ दी, पंजाब दे हकूक दी कौन राखी करूगा। इसलिए इस वक्त सवाल यह है, सवाल यह नहीं कि कौन किधर खड़ा, किन्ने MLA ने, कि पंजाब दे हित दी लड़ाई लड़न विच किसे दा दम है, असी वो एक अल्टरनेटिव पैदा करन जा रहे हैं। पंजाब डेमोक्रेटिक अलायंस, पंजाब जमहूरी गठजोड़ उस नज़रिए ना बनाया पंजाब दे जिन्हां नूं आपां बागी कहिंदे आ, बागी MLAs, लोक इंसाफ पार्टी, डॉक्टर तरनवीर गांधी और बहुजन समाज पार्टी, ये उधर नूं साडी एक कोशिश। और उस कोशिश विच हुण तिन्ने पार्टियां जिहड़ियां ने वो औखियां ने, कांग्रेस भी औखी आ, अकाली दल BJP भी औखी आ, तो साढ़े मित्र जिहड़े दिल्ली वाले वो बहुत ही औखे है, वो किसी तरीके अड़िके पा रहे हैं कि किसी तरीके जिहड़ा अलायंस है तीसरा बदल पंजाब दे विच बन ना जाए। वो भावें सानू जस्टिस जोरा सिंह लेना पवे, भावें अकालियां तो उधार लेना पवे, उन्हां दा हथ टुका एक मुलाजम जिसने गुरु ग्रंथ साहब के दोषियों बचाया, जिसने बहबल कलां के कातलों बचाया, ये है पोलीटिक्स आम आदमी पार्टी की, कांग्रेस की, BJP की, अकाली दल। हुण वेखना होवेगा कि आम आदमी पार्टी केजरीवाल नूं जोरा सिंह नूं अपने विच शामिल करन तों बाद किन्ना कु फायदा हुंदा है।
ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਇਸ ਬਾਰੇ ਸਪਸ਼ਟ ਵੀ ਹੋਣ ਵਾਲਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।